ਇਟਲੀ ਵਿੱਚ ਜਲਦ ਹੀ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਮਿਲ ਸਕਦੀ ਹੈ ਇਸ ਲਈ ਅਗਲੇ 6 ਮਹੀਨੇ ਅਹਿਮ ਹਨ ਗੁਰਦੁਰਾ ਕਮੇਟੀਆਂ ਸਿੱਖ ਜਥੇਬੰਦੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ ਅਤੇ ਸਿੱਖ ਕੌਮ ਲਈ ਇਹ ਮੁਕਾਮ ਇਤਿਹਾਸਿਕ ਹੋਵੇਗਾ ਜਦੋਂ ਇਟਲੀ ਵਿੱਚ ਸਿੱਖ ਧਰਮ ਨੂੰ ਬਕਾਇਦਾ ਕਾਨੂੰਨੀ ਤੌਰ ਤੇ ਮਾਨਤਾ ਹਾਸਲ ਹੋ ਜਾਵੇਗੀ ਸਨ 2015 ਨੂੰ ਹੋਂਦ ਵਿੱਚ ਆਈ ਸਿੱਖ ਗੁਰਦੁਰਾ ਪ੍ਰਬੰਧਕ ਕਮੇਟੀ ਇਟਲੀ ਵੱਲੋਂ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਿਛਲੇ 5-6 ਸਾਲ ਕੀਤੀ ਜਾ ਰਹੀ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਰਹਾ ਹੈ ਇਟਾਲੀਅਨ ਗ੍ਰਹਿ ਮੰਤਰਾਲੇ ਕੋ ਲੱਗੀ ਰਜਿਸਟ੍ਰੇਸ਼ਨ ਫਾਈਲ ਆਪਣੇ ਆਖਰੀ ਪੜਾ ਤੇ ਪਹੁੰਚ ਚੁੱਕੀ ਹੈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਜੇ ਨੁਮਾਇੰਦਿਆਂ ਨੂੰ ਗੁਰਦੁਆਰਾ ਸਿੰਘ ਸਭ ਬਲੋਨੀਆ ਵਿਖੇ ਸਰਬਸਾਂਝੀ ਕਰਮੈਂਸ਼ਨ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਲੋੜੀਂਦੇ ਕਾਗਜ਼ ਪੱਤਰ ਤਿਆਰ ਕਰਕੇ ਜਿਹੜੀ ਫਾਈਲ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਸੀ ਉਹ ਬਿਲਕੁਲ ਆਪਣੇ ਆਖਰੀ ਪੜਾ ਤੱਕ ਪਹੁੰਚ ਚੁੱਕੀ ਹੈ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਜ ਤੇ ਪਿਛਲੇ 5 ਸਾਲਾਂ ਤੋਂ ਕੋਈ 200 ਤੋਂ ਵੱਧ ਸਰਕਾਰੀ ਮੁਲਾਜ਼ਮ ਸਮੇਤ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਸਬਧਾਨ ਬਣਾਉਣ ਲਈ ਯੋਗਦਾਨ ਪਾਇਆ ਗਿਆ ਹੈ। ਇਟਲੀ ਦੀ ਇੱਕ ਹੋਰ ਸੰਸਥਾ ਵੱਲੋਂ ਧਰਮ ਰਜਿਸਟ੍ਰੇਸ਼ਨ ਦੀ ਫਾਈਲ ਲਾਉਣ ਸੰਬੰਧੀ ਆਖਿਆ ਕਿ ਇਟਲੀ ਦੇ ਸਿੱਖਾਂ ਨੂੰ ਬੜੇ ਥੋੜੇ ਸਮੇਂ ਵਿੱਚ ਫਤਿਹ ਮਿਲਣ ਵਾਲੀ ਹੈ। ਜੇ ਅਜਿਹੇ ਵਿੱਚ ਕੋਈ ਹੋਰ ਫਾਈਲ ਖੁੱਲਦੀ ਹੈ ਤਾਂ ਸਿੱਖਾਂ ਦਾ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਦਾ ਸ਼ਾਇਦ ਸਾਡੇ ਆਗੂਆਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਹੈ। ਇਟਲੀ ਵਿੱਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸੰਘਰਸ਼ ਕਰ ਗਿਆ ਸਿੱਖ ਜਥੇਬੰਦੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਵੱਲੋਂ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਆਪਸੀ ਵਿਚਾਰਾਂ ਲਈ ਆਪੋ ਆਪਣੇ ਤੌਰ ਤੇ ਅਲੱਗ-ਥਲਗ ਮੀਟਿੰਗਾਂ ਸੱਦੇ ਜਾਣ ਦੇ ਫੈਸਲੇ ਤੇ ਚਿੰਤਾ ਜ਼ਾਹਰ ਕਰਦੇ ਹੋਏ ਗੁਰਦੁਆਰਾ ਸੰਗਤ ਸਭਾ ਬੱਤਾ ਪਾਲਿਆ ਸਲਾਰੇਣੋ ਦੇ ਪ੍ਰਧਾਨ ਪਾਈ ਸਲਵਿੰਦਰ ਸਿੰਘ ਖਾਲਸਾ ਸੋਨੀ ਬਾਬਾ ਨੇ ਆਖਿਆ ਕਿ 20 ਸਾਲ ਤੋਂ ਵੱਧ ਦਾ ਲੰਮਾ ਸਮਾਂ ਬੀਤ ਚਾਣਾ ਤੇ ਸਿੱਖ ਸੰਗਤਾਂ ਦੇ ਹਜ਼ਾਰਾਂ ਯੂਰੋ ਖਰਚ ਜਾਣ ਤੋਂ ਬਾਅਦ ਵੀ ਜੇ ਕੋਈ ਕਾਮਯਾਬੀ ਨਹੀਂ ਮਿਲ ਸਕੀ ਤਾਂ ਇਸ ਦੇ ਪਿੱਛੇ ਕਈ ਵੱਡੇ ਕਾਰਨ ਰAE ਹੋਣਗੇ ਜਿਨ੍ਹਾਂ ਦੀ ਪੜਚੋੜ ਕਰਨ ਲਈ ਸੰਗਤ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਨਾ ਕਿ ਆਪੋ ਆਪਣੇ ਤੌਰ ਤੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕਿ ਕਿਸ ਜਥੇਬੰਦੀ ਨਾਲ ਕਿੰਨੇ ਗੁਰਦੁਆਰੇ ਹਨ ਅਤੇ ਦੂਜੀ ਨਾਲ ਕਿੰਨੇ ਹਨ ਉਹਨਾਂ ਦੋਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਸੁਝਾ ਦਿੰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਨਾ ਭੁੱਲਣ ਕਿ ਕੌਮ ਦੀ ਨੁਮਾਇੰਦੀ ਕਰ ਰਹੇ ਹਨ ਜਾਤਾਂ ਬਰਾਦਰੀਆਂ ਜਾਂ ਨਿੱਜੀ ਮਤ ਪੇਦਾਂ ਨੂੰ ਪਾਸੇ ਰੱਖ ਕੇ ਕੌਮ ਦੀ ਭਲਾਈ ਬਾਰੇ ਸੋਚਣ ਜੇ ਆਪਸੀ ਲੜਾਈਆਂ ਲੜਦੇ ਰਹੇ ਤਾਂ ਫਿਰ ਫਤੇ ਨਸੀਬ ਨਹੀਂ ਹੋਣੀ ਉਹਨਾਂ ਸੂਝਵਾਨ ਲੋਕਾਂ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਸਮਾਚੁੱਪ ਰਹਿਣ ਦਾ ਨਹੀਂ ਦੋਹਾਂ ਜਥੇਬੰਦੀਆਂ ਨੂੰ ਇੱਕ ਸਾਂਝੇ ਮੰਜ਼ ਤੇ ਇਕੱਠਿਆਂ ਕਰਨ ਲਈ ਆਪਣਾ ਯੋਗਦਾਨ ਜ਼ਰੂਰ ਪਾਉਣ ਸੋ ਇਟਲੀ ਵਿੱਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਮਿਲਣ ਲਈ ਰਾਹ तकरीबन ਪਧਰਾ ਹੋ ਚੁੱਕਾ ਹੈ ਬਸ ਐਲਾਨ ਦਾ ਇੰਤਜ਼ਾਰ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ